ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਨ ਸਵਰਗੀ ਸ਼੍ਰੀ ਚਰਨਦਾਸ ਜੀ। ਸ਼੍ਰੀ ਚਰਨਦਾਸ ਜੀ ਬਹੁਤ ਹੀ ਚੰਗੇ ਸਹਿਣਸ਼ੀਲਤਾ ਵਰਤੀ ਵਾਲੇ ਇਨਸਾਨ ਸਨ। ਗੁਰਘਰ ਪ੍ਰਤੀ ਸੱਚੀ ਸ਼ਰਧਾਵਾਨ ਸਨ। ਹਰ ਇੱਕ ਗਰੀਬ ਦਿਨ ਦੁਖੇ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਮੌਜੂਦਾ ਸਮੇਂ ਵਿੱਚ ਵੀ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਬੀਤੇ ਦਿਨੀ ਸ਼੍ਰੀ ਚਰਨਦਾਸ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 5 ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ 2 ਫਰਵਰੀ ਦਿਨ ਐਤਵਾਰ ਸਿੰਘ ਸਭਾ ਗੁਰਦੁਆਰਾ ਮੁਹੱਲਾ ਸੰਗਰਾ ਆਦਮਪੁਰ ਵਿਖੇ ਪਾਏ ਗਏ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਦਰਸਾਏ ਹੋਏ ਮਾਰਗ 'ਤੇ ਚੱਲਣ ਦੀ ਸਿੱਖਿਆ ਦਿੱਤੀ। ਸ਼੍ਰੀ ਚਰਨਦਾਸ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਗੌਰਵ ਭਾਟੀਆ UK ਪੋਤਰਾ, ਨੀਲਮ ਬੱਗਾ UK ਪੋਤ ਨੂੰ, ਮੋਨਿਕਾ ਅਤੇ ਮੁਨੀਸ਼ ਕੈਨੇਡਾ, ਡਾਕਟਰ ਨੇਹਾ ਕੁਮਾਰੀ ਪੋਤਰੀ, ਸਹਿਜ ਭਾਟੀਆ ਪੜਪੋਤਰੀ, ਗੁਰਪਾਲ ਭਾਟੀਆ ਸਪੁੱਤਰ, ਕਮਲਜੀਤ ਕੌਰ ਨੂਰਾਨੀ ਅਤੇ ਸਮੂਹ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ। ਇਹਨਾਂ ਦੇ ਪਰਿਵਾਰ ਵੱਲੋਂ ਦੁੱਖ ਵਿੱਚ ਇਕੱਤਰ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਆਹ
ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤ ਜੀ ਸਹਾਏ, ਵਾਹ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕਹੇ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਗੁਰੂ ਅਕਾਲ ਸਾਹਿਬ ਮਹਾਰਾਜ ਦੇ ਪਾਤਸ਼ਾਹ ਚਰਨਦਾਸ ਜੀ ਜਿਹਨੇ ਸਵਾਸ ਮਾਪ ਨੇ ਬਖਸ਼ਿਸ਼ ਕੀਤਾ ਮਹਾਰਾਜ ਦੇ ਪਾਤਸ਼ਾਹ ਪਾਉਂਦੇ ਸੰਸਾਰ ਤੋਂ ਕੁਛ ਕਰ ਰਹੇ ਹਨ ਮਹਾਰਾਜ ਦੇ ਪਾਤਸ਼ਾਹ, ਆਮ ਚੜ੍ਹਦੀ ਕਲਾ ਮੇਰੇ ਭਾਵੇ ਸ਼ਬਦ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਾਵ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰਦ ਗੁਰਪ੍ਰਸਾਦ ਇਸ ਗੁਰੂ ਘਰ ਵਿੱਚ ਬਿਰਾਜਮਾਨ ਸਾਧ ਸੰਗਤ ਜੀ, ਮੈਂ ਆਪ ਸਭ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਆਪ ਸਭ ਨੇ ਮੇਰੇ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਦਿੱਤਾ ਔਰ ਮੇਰੇ ਦੁੱਖ ਨੂੰ ਘਟਾਇਆ ਅਤੇ ਮੈਂ ਸਾਰੇ ਸੱਜਣਾਂ ਦਾ ਨੀਅਰ ਐਂਡ ਡੀਅਰ ਜੋ ਵੀ ਦੂਰੋਂ ਲਾਗੇ ਤੋਂ ਸੱਜਣ ਇੱਥੇ ਪਹੁੰਚੇ ਨੇ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਅਤੇ ਮੇਰੇ ਪਿਤਾ ਜੀ ਸ਼੍ਰੀ ਚਰਨਦਾਸ ਜੀ ਜਿਨ੍ਹਾਂ ਦਾ ਜਨਮ ਪਿੰਡ ਚੱਕ ਰਾਜੂ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ ਅਤੇ ਉਹਨਾਂ ਨੇ ਪਰ ਨਾਲ ਮੇਰਾ ਸਾਥ ਦਿੱਤਾ ਅਤੇ ਮੈਂ ਵਾਹਿਗੁਰੂ ਦੇ ਚਰਨਾਂ ਵਿੱਚ ਇਹੋ ਹੀ ਅਰਦਾਸ ਕਰਦਾ ਕਿ ਹੇ ਪਰਮਾਤਮਾ ਇਸ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ, ਜਿੰਨੇ ਵੀ ਕੀਰਤਨ ਸਾਹਿਬਾਨ ਗ੍ਰੰਥੀ ਸਾਹਿਬਾਨ ਹੁਣ ਤੱਕ ਹਰ ਇੱਕ ਨੇ ਇਹੋ ਹੀ ਅਰਦਾਸਾਂ ਕੀਤੀਆਂ ਵੀ ਹੇ ਮਾਲਕ ਇਸ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇ। ਸੋ ਮੈਂ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੰਨੀ ਦੁੱਖ ਦੀ ਘੜੀ ਦੇ ਵਿੱਚ ਮੇਰਾ ਸਾਥ ਦਿੱਤਾ। ਧੰਨਵਾਦ ਜੀ। ਇੱਕ ਬੇਨਤੀ ਹੋਰ ਹੈ ਜੀ, ਬੋਲੇ ਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਵਰਤੇ ਗਈ ਉਪਰੰਤ ਸਵਾਤਮਕ ਬੇਨਤੀ ਹੈ। ਸਤਿ
ਸਾਰਾ ਪਰਿਵਾਰ ਆ ਕਾਲੇ
ਦੇਖੋ ਬੰਦਾ ਚਾਹੋ ਜਣਿਆ ਦੇ ਮਨ ਦੇਖੋ ਬੰਦਾ ਚੱਲਿਆ
Thank you.
Bye.
Thank you.
Oh,
ਸ਼ਹੀਦਾਂ ਪਾਉਣੇ ਚਾਹ। ਇਸ ਤੋਂ ਬਾਅਦ ਸਾਨੂੰ ਧਰਤੀ ਨਹੀਂ ਮਿਲਣੀ, ਅਸੀਂ ਬੜੀਆਂ ਜ਼ਮੀਨਾਂ ਜਾਇਦਾਦਾਂ ਦੇ ਮਗਰ ਭੱਜਦੇ ਹਾਂ, ਧਨ ਦੌਲਤਾਂ ਦੇ ਮਗਰ ਭੱਜਦੇ ਹਾਂ। ਅਸੀਂ ਸਾਰੇ ਮੈਂ ਵੀ ਤੁਹਾਡੇ ਵਿੱਚ ਹੀ ਹਾਂ ਕਿ ਸਾਡੀ ਇਹ ਬਣ ਸਾਨੂੰ ਜਾਣ ਲੋਕੀ ਸਾਡੀ ਇੱਜ਼ਤ ਕਰਨ, ਪਰ ਕਹਿੰਦੇ ਨੇ ਜੇ ਤੁਹਾਡੀ ਇੱਜ਼ਤ ਤੁਸੀਂ ਕਰਾਉਣੀ ਹੈ ਤੁਸੀਂ ਕੋਈ ਅਹੁਦਾ ਲੈ ਲਿਆ, ਜਿਸ ਉਸ ਉਸ ਅਹੁਦੇ ਦਾ ਕੋਈ ਨਜ਼ਾਇਜ਼ ਪੈਦਾ ਹੋਇਆ ਫਿਰ ਤਾਂ ਤੁਹਾਡੀ ਇੱਜ਼ਤ ਨਹੀਂ ਮਿਲਣੀ। ਜੇ ਤੁਸੀਂ ਉਸ ਅਹੁਦੇ ਦੇ ਉੱਤੇ ਰਹਿ ਕੇ ਜੋ ਤੁਹਾਡੇ ਅੰਦਰ ਕੰਮ ਆਉਂਦਾ ਹੈ ਤੁਸੀਂ ਕਰੋ, ਲੋਕਾਂ ਦਾ ਭਲਾ ਕਰੋ, ਤੇ ਤੁਹਾਨੂੰ ਲੋਕ ਹਮੇਸ਼ਾ ਯਾਦ ਰੱਖਣਗੇ। ਇਸ ਤਰ੍ਹਾਂ 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 ਦੇ ਅੰਦਰ ਫੁੱਲ ਬੂਟੇ ਸਜਾਵਟਾਂ ਕਰਦੇ ਹਨ, ਇੱਕ ਦਾ ਨੀ ਪਤਾ, ਦੋ ਮਿੰਟ ਦਾ ਪਤਾ ਨੀ ਕਿਹੜੇ ਵੇਲੇ ਛੱਡ ਕੇ ਚੱਲ ਜਾਣਾ। ਤੇ ਸਤਿਗੁਰੂ ਕਹਿੰਦੇ ਨੇ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਲ ਵਰਤਣਾ ਜਿਸ ਕੀ ਚਿੰਤਾ ਨਾ ਹੈ। ਉਹਦੀ ਕਦੇ ਚਿੰਤਾ ਨਹੀਂ ਕੀਤੀ ਵੀ ਅੱਗੇ ਅਸੀਂ ਘਰ ਵੀ ਚੰਗਾ ਮਿਲਣਾ ਚਾਹੀਦਾ, ਪਰ ਨਹੀਂ ਅਸੀਂ ਇਹ ਕਰਦੇ। ਤਾਂ ਸਤਿਗੁਰੂ ਗੁਰਦਾਸ ਨੇ ਇਹੋ ਜਿਹਾ ਇੱਕ ਸ਼ਹਿਰ ਦੀ ਕਲਪਨਾ ਕੀਤੀ ਵੀ ਏਦਾਂ ਦਾ ਦੇਸ਼ ਏਦਾਂ ਦਾ ਸੰਸਾਰ ਹੋਣਾ ਚਾਹੀਦਾ ਜਿੱਥੇ ਸਾਰਿਆਂ ਨੂੰ ਬਰਾਬਰਤਾ ਆਵੇ, ਜਿੱਥੇ ਪਰਿਵਾਰ ਨੂੰ ਪਾਸੇ ਪਾਣੀ ਪਾਉਣ ਦਾ ਬੰਦੋਬਸਤ ਕਰਦਾ, ਕਿਉਂਕਿ ਸੰਸਾਰ ਤਿਆਰੀ ਚਲਾਈਦਾ ਹੈ, ਜਿਸਨੇ ਆਉਣਾ ਉਹਨੇ ਜਾਣਾ ਜ਼ਰੂਰ ਹੈ। ਅਨੰਸਵ ਕਰਨਾ ਗੁਰਬਾਣੀ ਤੋਂ ਬਾਣੀ ਨਾਲ ਰਹੀਏ ਔਰ ਸਤਿਗੁਰਾਂ ਦੇ ਗੁਣ ਗਾਈਏ।
ਮਹੱਲਾ ਤੀਜਾ ਸਹਾਏ ਰਾਮਦਾਸ ਸਾਹਿਬ ਸਹਾਏ
ਜਿਸ ਡਿੱਠੇ ਸਭ ਤਜਾਏ ਤੇ ਬਹਾਦਰ ਸਿਮਰਨ ਘਰ ਨਾਮ ਦਿਆਦੇ ਧਾਏ ਸਭ ਥਾਈ ਹੋਏ ਸਹਾਇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਗੁਰੂ ਜੀ ਸਹਾਇ ਦਸਾਹੀ ਪਾਤਸ਼ਾਹ ਜੋ ਸਰੂਪ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਾਠ ਪਵਿੱਤਰ ਦਰਸ਼ਨ ਵਿਦਾਨ ਧਿਆਨ ਕਰਕੇ ਬੋਲਣਾ ਜੀ ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਗੁਰਮੁਖਾਂ ਪਿਆਰਿਆਂ ਆਪ ਦਾ ਪਵਿੱਤਰ ਨਾਮ ਦਿੱਤੇ ਉੱਠ ਕੇ ਛੁਕਿਆ ਦੇਖ ਚਲਾਈ ਤੇ ਗੁਰਵਾਹੀ ਦੇਖ ਕੇ ਆਖਿਰ ਕੀਤਾ ਜੀ ਕਹਿਣਾ ਪਿਆਰਿਆਂ ਸਤਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਬਖਸ਼ੋ ਮਹਾਰਾਜ ਸਿੱਖਾਂ ਨੂੰ ਦਾਨ ਭਰੋਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਣਾ ਜੀ ਆਪਦੇ ਗੁਰਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੰਥ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਇਹ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਪਾਤਸ਼ਾਹ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਇਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਤਿਆਰ ਵਰ ਤਿਆਰ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਮਹਾਰਾਜ ਹਿੰਦਵਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨੇ ਉਹਨਾਂ ਦੀ ਕੋਟ ਨੇ ਆਸਰਿਆਂ ਦੇ ਆਸਰੇ ਗੁਰੂ ਗਰੀਬ ਨਿਵਾਸ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਦਿ ਗੁਰਦੁਆਰਾ ਚਰਨਾਂ ਵਿਖੇ ਰਾਣਾ ਰਾਉ ਰੰਗੂ ਰਹਿ ਰੰਗਨਾ ਤੁਮ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਗੁਰੂ ਅਕਾਲ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਰ ਸ੍ਰੀ ਚਰਨਦਾਸ ਜੀ ਜਿਹਨੇ ਸਵਾਸ ਮਾਪ ਨੇ ਬਖਸ਼ਿਸ਼ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਸੰਸਾਰ ਤੋਂ ਕੁਛ ਕਰ ਲਿਆ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਆਤਮਿਕ ਸ਼ਾਂਤੀ ਵਾਸਤੇ ਉਹ ਪਰਿਵਾਰ ਨੇ ਮਹਾਰਾਜ ਸੱਚੇ ਪਾਤਸ਼ਾਹ ਗ੍ਰਹਿ ਰੱਖੇ ਸ੍ਰੀ ਸਹਿਜ ਪਾਠ ਮਹਾਰਾਜ ਆਪਦੇ ਪਾਵਨ ਦਰਬਾਰ ਵਿੱਚ ਮਹਾਰਾਜ ਦੇ ਪਾਤਸ਼ਾਹ ਜੀ ਆਦਿ ਰਾਜੂ ਸਿੰਘ ਨੇ ਵਿਰਾਗ ਨੂੰ ਬਣਨ ਦਾ ਪ੍ਰੀਤਮ ਕੀਤਾ ਵਿਚਾਰਾਂ ਕੀਤੀਆਂ ਹਨ ਕਥਾ ਕੀਤੀ ਹੈ ਮਹਾਰਾਜ ਦੇ ਪਾਤਸ਼ਾਹ ਜੀ ਮਨ ਆਪਦੇ ਇਲਾਹੀ ਬਣਨ ਦਾ ਜਾਪ ਕਰਦੇ ਹਾਂ ਕੀਰਤਨ ਕਰਦੇ ਹਾਂ ਕਥਾ ਵਿਚਾਰ ਕਰਦੇ ਹਾਂ ਮਹਾਰਾਜ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਦੀ ਮਾਫ਼ੀ ਦੇ ਦਿਓ ਜੀ ਸਮਤ ਬਖਸ਼ੋ ਅਗਾਂਹ ਵਾਸਤੇ ਇਕਾਗਰ ਚੀਤ ਬਾਣੀ ਪੜ੍ਹਨ ਦੇ ਦਾਨ ਸ਼ੁਭ ਕੀਰਤਨ ਕਰਨ ਦੇ ਦਾਨ ਸ੍ਰੇਸ਼ਟ ਵਿਚਾਰਾਂ ਕਰਨ ਦੀ ਸੋਝੀ ਬਖਸ਼ਿਸ਼ ਕਰਨੀ ਮਹਾਰਾਜ ਸਿਵ ਪਰਿਵਾਰ ਨੂੰ ਬੇਨਤੀ ਹੈ ਕਿਰਪਾ ਕਰਨੀ ਸ਼੍ਰੀ ਚਰਨਦਾਸ ਜੀ ਨੂੰ ਚਰਨਾਂ 'ਚ ਰਿਵਾਜ ਬਖਸ਼ਿਸ਼ ਕਰਨਾ ਕਿਸੇ ਪਰਿਵਾਰ ਨੂੰ ਬਣਾਉਣ ਦੇ ਵੱਲ ਬਖਸ਼ਿਸ਼ ਕਰਨ ਵਾਲਾ ਕਿਰਪਾ ਕਰਨੀ ਆਪ ਸਿਖਾਏ ਮਹਾਰਾਜ ਜਨ ਸੰਤਾਪ ਵਿੱਚ ਚਰਨ ਸਰਵਾਦੇ ਹੋਈਆਂ ਹਨ ਸਭਨਾਂ ਦੀਆਂ ਹਾਜ਼ਰੀਆਂ ਫਿਰ ਬੁਲ ਘਟਾਉਣ ਦਰ ਅਤੇ ਪਰਿਵਾਰ ਕਰੋ ਘੜੀ ਕਰੋ ਦੇਖੀ ਨਾਲ ਕਰੋ ਕਰੋ ਨਾਮ ਦੀ ਰਾਤ ਗੁਰਸਿੱਖੀ ਜੋ ਮੁਸ਼ਕਿਲ ਹਾਲ ਕਰਨਾ ਸਰਬਤ ਦੇ ਕਾਲ ਰਾਸ ਕਰਨੀ ਮਹਾਰਾਜ ਅਤੇ ਪਾਤਸ਼ਾਹ ਜੀ ਸੇਵਕਾਂ ਨੂੰ ਮਹਾਰਾਜ ਅਤੇ ਪਾਤਸ਼ਾਹ ਜੀ ਕਲਾ ਪਾਤਸ਼ਾਹ ਦੇਖ ਸਜਾ ਕੇ ਹਾਜ਼ਰ ਕੀਤੀ ਹੈ ਲੰਗਰ ਸਜਾ ਕੇ ਹਾਜ਼ਰ ਕੀਤੇ ਆਦਿ ਕਿਰਪਾ ਕਰਕੇ ਭੋਗ ਲਾਓ ਮਹਾਰਾਜ ਲੱਗਿਆ ਭੋਗ ਸੁਣ ਸੰਗਤ ਵਰਤਾਉਣ ਦੀ ਆਗਿਆ ਹੋਵੇ ਜੋ ਵੀ ਜੀ ਸਕੇ ਸੋ ਆਪਦਾ ਪਵਿੱਤਰ ਨਾਮ ਸਤਿਨਾਮ ਸ੍ਰੀ ਵਾਹਿਗੁਰੂ 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 ਜਪੇ ਮਹਾਰਾਜ ਕਿਰਪਾ ਕਰੇ ਸਦਾ ਆਨੰਦ ਪ੍ਰਸੰਨ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇ ਸ਼ਬਦ ਦਾ ਵਾਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਾਈ ਅੱਗੇ ਹਾਂ।
ਸ੍ਰੀ ਚਰਨਦਾਸ ਜੀ ਸਤਿਗੁਰ ਦੀ ਉਮਰ ਆਜਮਾ ਬਖਸ਼ਿਸ਼ ਕੀਤੀ ਠੋਕਰ ਅਕਾਲ ਚਾਨ ਕਰ ਗਏ। ਇਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਇਹਨਾਂ ਦੇ ਸੁਪੁੱਤਰ ਗੁਰਪਾਲ ਭਾਟੀਆ ਜੀ ਅਤੇ ਸਮੂਹ ਪਰਿਵਾਰ ਰਲ ਮਿਲ ਕਰਕੇ ਸਤਿਗੁਰ ਦੀ ਚਲਾਈ ਹੋਈ ਮਰਿਆਦਾ ਦਾ ਅਨੁਸਾਰ ਸਤਿਗੁਰ ਦੀ ਅਲਾਹੀ ਬਾਣੀ ਤੇ ਜਾਪ ਕਰਵਾਏ ਤੋਂ ਉਪਰੰਤ ਬੈਰਾਗ ਮਾਈ ਬਾਣੀ ਦੇ ਕੀਰਤਨ ਹੋਏ ਹਨ। ਸਤ ਸੰਗਤ ਜੀ, ਸਤ ਸੰਗਤ ਪਰਿਵਾਰ ਵਿੱਚੋਂ ਸਭ ਤੋਂ ਅਹਿਮ ਜੋ ਰੋਲ ਹੁੰਦਾ ਹੈ ਬਾਪ ਦਾ ਹੁੰਦਾ ਹੈ, ਕਿਉਂ ਸਾਰੀ ਜ਼ਿੰਮੇਵਾਰੀ ਬੱਚਿਆਂ ਦੀ, ਪਰਿਵਾਰ ਦੀ, ਘਰਵਾਲੀ ਦੀ, ਸਾਕ ਸੰਬੰਧੀ ਰਿਸ਼ਤੇਦਾਰਾਂ ਦੀ, ਉਹ ਕੇਵਲ ਬਾਪ ਹੀ ਨਿਭਾਉਂਦਾ ਹੈ। ਕੀ ਹੈ ਬਾਪ ਡਿਊਟੀ ਨਿਭਾਉਂਦਾ ਹੈ, ਆਪਣੇ ਬੱਚਿਆਂ ਨੂੰ ਪਾਲਦਾ ਹੈ, ਪੜ੍ਹਾਉਂਦਾ ਲਿਖਾਉਂਦਾ ਹੈ, ਮਿਹਨਤ ਕਰਕੇ ਜੋ ਕਮਾਈ ਹੈ ਉਹ ਆਪਣੇ ਬੱਚਿਆਂ ਉੱਪਰ ਖਰਚ ਕਰਦਾ ਹੈ ਸਾਰੀ ਉਮਰ, ਤੇ ਪੁੱਤਰਾਂ ਦਾ ਫਰਜ਼ ਬਣਦਾ ਹੈ ਕਿ ਬਾਪ ਦਾ ਸਤਿਕਾਰ ਕਰਨਾ, ਅਦਬ ਕਰਨਾ, ਅਖੀਰ ਮੌਕੇ ਤੱਕ ਬਾਪ ਦੇ ਅੱਗੇ ਉੱਚੇ ਬੋਲ ਕਦੀ ਨਹੀਂ ਬੋਲਣੇ। ਸਤਿ ਸੰਗਤ ਸਿੱਖ ਇਤਿਹਾਸ ਵਿੱਚ ਬਹੁਤ ਐਸੇ ਬਚਨ ਹਨ ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜਿਹਨੂੰ ਗੁਰਤਾ ਗੱਦੀ ਦਾ ਦਿਲ ਵਿਰਾਜ ਸੰਗਤ ਨੂੰ ਸਦ ਕਰਕੇ ਅਲਾਹੀ ਮਾਣ ਦੇ ਕੀਰਤਨ ਸੁਣੇ ਸੁਣਾਏ ਹਨ। ਸਤਿਗੁਰ ਕਿਰਪਾ ਕਰਨ ਜਿਤਨੀ ਬਾਣੀ ਪੜ੍ਹੀ ਗਈ ਸੁਣੀ ਗਈ ਹੈ ਮਹਾਤਮ ਬਜ਼ੁਰਗਾਂ ਨੂੰ ਬਖਸ਼ ਕੇ ਨਿਹਾਲ ਕਰਨ, ਆਪਣੇ ਚਰਣਾਂ 'ਚ ਨਿਵਾਸ ਬਖਸ਼ਿਸ਼ ਕਰਨ ਦੇ, ਪਿੱਛੇ ਪਰਿਵਾਰ ਨੂੰ ਭਾਣਾ ਮਿਲਣ ਦੇ ਬਲ ਬਖਸ਼ਿਸ਼ ਕਰਨ। ਇਹ ਜੋ ਜ਼ਿੰਮੇਵਾਰ ਦੀ ਪੰਡ ਬਜ਼ੁਰਗ ਗੁਰਪਾਲ ਭਾਟਿਆ ਜੀ ਨੂੰ ਦੇ ਰਹੇ ਹਨ, ਸਤਿਗੁਰ ਕਿਰਪਾ ਕਰਨ ਇਹਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਜ਼ਿੰਮੇਵਾਰੀ ਦੇ ਜੋ ਪੰਡ ਹੈ, ਜ਼ਿੰਮੇਵਾਰੀ ਦੀ ਜੋ ਬਣਦੀ ਹੈ ਉਹ ਸਤਿਗੁਰ ਕਿਰਪਾ ਕਰਕੇ ਆਪ ਲੈ ਲੈਣ। ਬਜ਼ੁਰਗਾਂ ਦੇ ਬੈਠਿਆਂ ਇਹਨਾਂ ਨੂੰ ਕੋਈ ਫਿਕਰ ਨਹੀਂ ਸੀ, ਸਾਧ ਸੰਗਤ ਆਪਾਂ ਸਾਰੇ ਬੈਠੇ ਹਾਂ, ਜਦੋਂ ਬਜ਼ੁਰਗ ਬੈਠੇ ਹੁੰਦੇ ਹਾਂ ਤਾਂ ਕੋਈ ਵੀ ਲੋੜ ਪਵੇ ਕਿਸੇ ਕਾਰਜ ਵਿਹਾਰ ਵਿੱਚ ਸਾਨੂੰ ਫਿਕਰ ਨਹੀਂ ਹੁੰਦੀ ਵੀ ਕਹਿੰਦੇ ਬਜ਼ੁਰਗ ਬੈਠੇ ਨਹੀਂ ਪਤਾ ਤਾਂ ਪੁੱਛ ਲਵਾਂਗੇ, ਪਰ ਹੁਣ ਜੋ ਫੈਸਲੇ ਰਿਸ਼ਤੇਦਾਰੀ ਵਿੱਚ ਸਾਕ ਸੰਬੰਧਾਂ ਵਿੱਚ ਕਰਨੇ ਉਹ ਸਾਨੂੰ ਆਪ ਨੂੰ ਕਰਨੇ ਪੈਣੇ, ਆਪ ਹੀ ਸੋਚਣਾ ਪੈਣਾ ਹੈ। ਅਤੇ ਸਾਧ ਸੰਗਤ ਇਹ ਬੜੀ ਵੱਡੀ ਜ਼ਿੰਮੇਵਾਰੀ ਹੈ, ਸਤਿਗੁਰ ਕਿਰਪਾ ਕਰਨ ਇਹਨਾਂ ਦੇ ਉੱਪਰ ਇਹ ਜ਼ਿੰਮੇਵਾਰੀ ਜੋ ਬਜ਼ੁਰਗ ਸੌਂਪ ਗਏ ਹਨ ਇਹ ਬਾ ਅਦਬ ਨਿਭਾ ਸਕਣ, ਸਤਿਗੁਰ ਕਿਰਪਾ ਕਰਨ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਗੁਰਪਾਲ ਭਾਟੀਆ ਜੀ, ਆਜ ਹੋਈ ਦੀ ਪਾਵਨ ਬਖਸ਼ਿਸ਼ ਸਦਕਾ ਬਜ਼ੁਰਗਾਂ ਦੀ ਯਾਦ ਅੰਦਰ ਗੁਰਪਾਲ ਭਾਟੀਆ ਜੀ ਨੇ ਬੇਅੰਤ ਮਾਇਆ ਇਸ ਗੁਰੂ ਘਰ ਵਾਸਤੇ 1100 ਰੁਪਏ ਗੁਰੂ ਘਰ ਵਾਸਤੇ ਭੇਟਾ ਕੀਤੇ ਹਨ, ਸਕੂਲ ਵਾਸਤੇ ਭੇਟਾ ਕੀਤੇ ਹਨ, ਪ੍ਰਭਦਾਸ ਜੀ ਮਹਾਰਾਜ ਦੇ ਪਾਵਨ ਸਥਾਨਾਂ ਵਾਸਤੇ ਭੇਟਾ ਕੀਤੇ ਹਨ। ਕੀਤੀ ਹੋਈ ਸੇਵਾ ਥਾਏ ਪਾਉਣ, ਕਮਾਈਆਂ 'ਚ ਬਰਕਤ ਪਾਉਣ ਅਤੇ ਸੇਵਾ ਦਾ ਫਲ ਭਾਵ ਚਰਨਦਾਸ ਜੀ ਨੂੰ ਬਖਸ਼ ਕੇ ਨਿਹਾਲ ਕਰਨ ਜੀ। ਹੁਣ ਬੇਨਤੀ ਹੈ ਗੁਰਪਾਲ ਭਾਟੀਆ ਜੀ ਆਪ ਸਮਾਧ ਸੰਗਤ ਦੇ ਸਨਮੁੱਖ ਆਪ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਨ ਜੋ ਕਿ ਇਸ ਭਾਰੀ ਦੁੱਖ ਦੇ ਸਮਿਆਂ ਕਰਕੇ ਆਪ ਦੁੱਖ ਵਡਾਉਣ ਵਾਸਤੇ ਹਾਜ਼ਰ ਹੋਏ ਹੋ। ਆਓ ਉਹਨਾਂ ਪਾਸੋਂ ਸਾਧ ਸੰਗਤ ਜੀ ਉਹ ਵਚਨ ਸਾਂਝੇ ਕਰੀਏ ਜੀ। ਗੁਰਪਾਲ ਭਾਟੀਆ ਜੀ ਨੂੰ ਬੇਨਤੀ ਹੈ ਸੰਗਤ ਦੇ ਸਨਮੁੱਖ ਹੋਣ ਜੀ, ਦਸ ਸਾਨੂੰ ਬੁਲਾਓ ਅਤੇ
ਇਸ ਗੁਰੂ ਘਰ ਵਿੱਚ ਵਿਰਾਜਮਾਨ ਸਾਧ ਸੰਗਤ ਜੀ, ਮੈਂ ਆਪ ਸਭ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਆਪ ਸਭ ਨੇ ਮੇਰੇ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਦਿੱਤਾ ਔਰ ਮੇਰੇ ਦੁੱਖ ਨੂੰ ਘਟਾਇਆ ਅਤੇ ਮੈਂ ਸਾਰੇ ਸੱਜਣਾਂ ਦਾ ਨੀਅਰ ਐਂਡ ਡੀਅਰ ਜੋ ਵੀ ਦੂਰੋਂ ਲਾਗੇ ਤੋਂ ਸੱਜਣ ਇੱਥੇ ਪਹੁੰਚੇ ਨੇ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਅਤੇ ਮੇਰੇ ਪਿਤਾ ਜੀ ਸ਼੍ਰੀ ਚਰਨਦਾਸ ਜੀ ਜਿਨ੍ਹਾਂ ਦਾ ਜਨਮ ਪਿੰਡ ਚੱਕ ਰਾਜੂ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ ਅਤੇ ਉਹਨਾਂ ਨੇ ਪੋਸਟ ਐਂਡ ਟੈਲੀਗ੍ਰਾਫ ਦੇ ਵਿੱਚ ਤਕਰੀਬਨ 40 ਸਾਲ ਦੀ ਸਰਵਿਸ ਸੇਵਾ ਨਿਭਾਈ ਆ। ਉਹ ਉਸ ਸਮੇਂ ਦੀ ਗੱਲ ਹੈ ਜਦੋਂ ਪੰਜਾਬ ਅਤੇ ਹਿਮਾਚਲ ਇਕੱਠੇ ਸਨ। ਬਹੁਤ ਹੀ ਕਠਿਨ ਰਸਤਾ ਹੁੰਦਾ ਸੀ ਉਦੋਂ, ਨਾ ਕੋਈ ਇੰਨੇ ਸਾਧਨ ਹੁੰਦੇ ਸੀ ਆਉਣ ਜਾਣ ਦੇ ਵਾਸਤੇ ਅਤੇ ਬਹੁਤ ਹੀ ਮਿਹਨਤ ਅਤੇ ਲਗਨ ਦੇ ਨਾਲ ਉਹਨਾਂ ਨੇ ਸਾਈਕਲਿੰਗ ਕਰਕੇ ਦੂਰ ਦੁਰਾਡੇ ਤੱਕ ਪਬਲਿਕ ਦੀ ਸੇਵਾ ਕੀਤੀ ਅਤੇ ਉਹਨਾਂ ਨੇ 1992 ਦੇ ਵਿੱਚ ਪੋਸਟ ਐਂਡ ਟੈਲੀਗ੍ਰਾਫ ਦੇ ਡਿਪਾਰਟਮੈਂਟ ਵਿੱਚੋਂ ਰਿਟਾਇਰ ਹੋਏ। ਤਕਰੀਬਨ 28-29 ਸਾਲ ਉਹਨਾਂ ਨੇ ਆਪਣੀ ਪੈਨਸ਼ਨ ਜਿਹੜੀ ਇੰਜੋਏ ਕੀਤੀ ਅਤੇ ਆਦਮਪੁਰ ਦੇ ਵਿੱਚ ਸਾਡਾ ਜਿਹੜਾ 1992 ਤੋਂ ਹੀ ਇੱਥੇ ਨਿਵਾਸ ਸਥਾਨ ਸਾਡਾ ਆਦਮਪੁਰ ਆ ਗਿਆ। ਮੈਂ ਇੱਕ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦਾ ਹੋਇਆ, ਮੈਂ ਪੰਜਾਬ ਪੁਲਿਸ ਅਕੈਡਮੀ ਫਲੋਰ ਵਿੱਚ ਵੀ ਰਿਹਾ, ਜਲੰਧਰ ਰਿਹਾ ਜੀ, ਅਤੇ ਹੁਣ ਮੇਰੇ ਸੱਜਣ ਦੇ ਪੰਜਾਬ ਪੁਲਿਸ ਅਕੈਡਮੀ ਤੋਂ ਵੀ ਔਫਿਸਰ ਆਏ ਹੋਏ ਨੇ। ਮੇਰੇ ਸਾਥੀ ਜਿਹੜੇ ਜਲੰਧਰ ਪੰਜਾਬ ਪੁਲਿਸ ਦੇ ਔਫਿਸਰ ਇੱਥੇ ਬਿਰਾਜਮਾਨ ਨੇ, ਉਹਨਾਂ ਦਾ ਵੀ ਮੈਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਰਿਸ਼ਤੇਦਾਰਾਂ ਦੇ ਨਾਲ ਨਾਲ ਮੇਰਾ ਸਾਥ ਦਿੱਤਾ। ਅਤੇ ਮੈਂ ਵਾਹਿਗੁਰੂ ਦੇ ਚਰਨਾਂ ਵਿੱਚ ਇਹੋ ਹੀ ਅਰਦਾਸ ਕਰਦਾ ਕਿ ਹੇ ਪਰਮਾਤਮਾ, ਇਸ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇ। ਜਿੰਨੇ ਵੀ ਕੀਰਤਨ ਸਾਹਿਬਾਨ, ਗ੍ਰੰਥੀ ਸਾਹਿਬਾਨ ਹੁਣ ਤੱਕ ਹਰ ਇੱਕ ਨੇ ਇਹੋ ਹੀ ਅਰਦਾਸਾਂ ਕੀਤੀਆਂ ਕਿ ਹੇ ਮਾਲਕ, ਇਸ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇ। ਸੋ ਮੈਂ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੰਨੀ ਦੁੱਖ ਦੀ ਘੜੀ ਦੇ ਵਿੱਚ ਮੇਰਾ ਸਾਥ ਦਿੱਤਾ। ਧੰਨਵਾਦ ਜੀ। ਇੱਕ ਬੇਨਤੀ ਹੋਰ ਹੈ ਜੀ, ਖੜੇ ਹੋ ਕੇ ਖੜੇ ਹੋ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਏ ਬਾਏ।
ਵਰਤੇ, ਹੁਣ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਵਰਤੇ ਨਹੀਂ, ਉਪਰੰਤ ਸਵਾ ਪ੍ਰਭੂ ਬੇਨਤੀ ਹੈ। ਖੜੇ ਹੋ ਜੀ ਹਰੀ ਆਓ ਪੰਜਾਬ ਕਰ ਲਈਏ।